ਕੈਨੇਡੀਅਨ ਖਬਰਨਾਮਾ ਦੇ ਵਿੱਚ ਵੱਡੀ ਖਬਰ, ਕੈਨੇਡਾ ਚਾਈਲਡ ਬੈਨੀਫਿਟ ਦਾ ਨਵਾਂ ਵਧਿਆ ਹੋਇਆ ਭੁਗਤਾਨ 19 ਜੁਲਾਈ 2024 ਨੂੰ ਯੋਗ ਕੈਨੇਡੀਅਨ ਪਰਿਵਾਰਾਂ ਨੂੰ ਭੇਜਿਆ ਜਾਵੇਗਾ। ਕੈਨੇਡਾ ਰੈਵੀਨਿਊ ਏਜੰਸੀ CRA ਕੈਨੇਡਾ ਚਾਈਲਡ ਬੈਨੀਫਿਟ CCB ਦੇ ਪ੍ਰਬੰਧਨ ਦਾ ਇੰਚਾਰਜ ਹੈ ਅਤੇ ਇੱਕ ਮਹੀਨਾਵਾਰ ਟੈਕਸ ਮੁਕਤ ਲਾਭ ਜੋ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਪਰਵਰਿਸ਼ ਦੇ ਨਾਲ ਜੁੜੇ ਖਰਚਿਆਂ ਵਿੱਚ ਸਹਾਇਤਾ ਕਰਦਾ ਹੈ। CRA ਆਮਦਨੀ ਦੀ ਲੋੜ ਨੂੰ ਅਨੁਕੂਲ ਬਣਾਉਂਦਾ ਅਤੇ ਯੋਗਤਾ ਨਿਰਧਾਰਤ ਕਰਨ ਲਈ ਹਰ ਸਾਲ ਜੁਲਾਈ ਵਿੱਚ ਲਾਭ ਭੁਗਤਾਨਾਂ ਨੂੰ ਵਧਾਉਂਦਾ ਹੈ। CCB ਭੁਗਤਾਨ ਕੈਨੇਡਾ ਅਤੇ ਕੈਨੇਡੀਅਨ ਨਾਗਰਿਕਾਂ, ਸਥਾਈ ਨਿਵਾਸੀਆਂ ਅਤੇ ਇੱਕ ਸ਼ਰਨਾਰਥੀ ਜਿਸਦਾ ਦਾਅਵਾ ਮਨਜ਼ੂਰ ਕੀਤਾ ਗਿਆ ਅਤੇ ਅਸਥਾਈ ਨਿਵਾਸੀ ਜੋ ਪਿਛਲੇ 19 ਮਹੀਨਿਆਂ ਤੋਂ ਕੈਨੇਡਾ ਵਿੱਚ ਨੇ ਉਹਨਾਂ ਲਈ ਉਪਲਬਧ ਹੈ। ਜੋ ਵੀ ਲਾਭ ਸਵੈਚਾਲਿਤ ਤੌਰ 'ਤੇ ਵਧਾਇਆ ਜਾਵੇਗਾ ਅਤੇ ਯੋਗ ਕੈਨੇਡੀਅਨ ਪਰਿਵਾਰਾਂ ਨੂੰ ਭੁਗਤਾਨ ਕੀਤਾ ਜਾਂਦਾ ਹੈ। ਕੈਨੇਡਾ ਵਿੱਚ ਆਏ ਨਵੇਂ ਲੋਕਾਂ ਅਤੇ ਨਵਜੰਮੇ ਬੱਚੇ ਅਤੇ ਮਾਤਾ ਪਿਤਾ ਮਾਂ ਨੂੰ CCB ਭੁਗਤਾਨ ਸ਼ੁਰੂ ਕਰਨ ਲਈ ਪਹਿਲਾਂ ਅਰਜ਼ੀ ਦੇਣ ਦੀ ਲੋੜ ਹੁੰਦੀ ਹੈ। ਅਤੇ ਇਸ ਪੂਰੀ ਸਟੋਰੀ ਦੇ ਵਿੱਚ ਅਸੀਂ ਯੋਗਤਾ ਦੇ ਮਾਪਦੰਡ, ਤੁਸੀਂ ਕਿੰਨੀ ਰਕਮ ਪ੍ਰਾਪਤ ਕਰ ਸਕਦੇ ਹੋ ਅਤੇ ਆਉਣ ਵਾਲੇ CCB ਭੁਗਤਾਨ ਮਿਤੀਆਂ ਨੂੰ ਦਿਖਾਵਾਂਗੇ। ਅਤੇ ਸਭ ਤੋਂ ਪਹਿਲਾਂ ਸੂਚੀ ਦੀ ਗੱਲ ਕੀਤੀ ਜਾਵੇ ਤਾਂ CCB ਲਈ ਕੌਣ ਅਰਜ਼ੀ ਦੇ ਸਕਦਾ ਹੈ? ਕੈਨੇਡਾ ਚਾਈਲਡ ਬੈਨੀਫਿਟ ਯੋਗ ਦਾ ਆਮਦਨ। ਤੀਸਰਾ, ਤੁਸੀਂ ਕਿੰਨੀ CCB ਪ੍ਰਾਪਤ ਕਰ ਸਕਦੇ ਹੋ। ਉਸ ਤੋਂ ਬਾਅਦ ਇੱਕ ਬੱਚੇ ਲਈ, ਦੋ ਬੱਚੇ ਲਈ, ਤਿੰਨ ਬੱਚਿਆਂ ਲਈ, ਚਾਰ ਬੱਚਿਆਂ ਲਈ CCB। ਅਤੇ ਚੌਥੇ ਨੰਬਰ 'ਤੇ ਕੈਨੇਡਾ ਚਾਈਲਡ ਬੈਨੀਫਿਟ ਨੂੰ ਕਿਵੇਂ ਲਾਗੂ ਕਰਨਾ ਹੈ। ਅਤੇ ਪੰਜਵੇਂ ਨੰਬਰ 'ਤੇ CCB ਭੁਗਤਾਨ ਦੀਆਂ ਤਰੀਕਾਂ 2024 ਅਤੇ 2025। ਅਤੇ CCB ਵਿੱਚ ਅਰਜਸਟ ਪਰਿਵਾਰਕ ਸ਼ੁੱਧ ਆਮਦਨ ਜਾਂ ਫਿਰ AFINT ਕੀ ਹੈ? ਅਤੇ ਇਹਦੇ ਨਾਲ ਹੀ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ, CCB ਅਰਜ਼ੀ ਕੌਣ ਦੇ ਸਕਦਾ? ਕੈਨੇਡਾ ਚਾਈਲਡ ਬੈਨੀਫਿਟ ਨੂੰ ਲਾਗੂ ਕਰਨ ਜਾਂ ਪ੍ਰਾਪਤ ਕਰਨ ਦੇ ਯੋਗ ਹੋਣ ਲਈ ਕਿਸੇ ਵੀ ਵਿਅਕਤੀ ਜਾਂ ਪਰਿਵਾਰ ਨੂੰ ਮਾਪਦੰਡ ਇਹ ਸਾਰੇ ਪੂਰੇ ਕਰਕੇ ਦੇਣੇ ਪੈਣਗੇ। ਸਭ ਤੋਂ ਪਹਿਲਾਂ 18 ਸਾਲ ਤੋਂ ਘੱਟ ਉਮਰ ਦੇ ਬੱਚੇ ਤੁਹਾਡੇ ਘਰ ਹੋਣ, ਬੱਚਿਆਂ ਦੀ ਪਰਵਰਿਸ਼ ਜਾਂ ਦੇਖਭਾਲ ਲਈ ਮੁੱਖ ਤੌਰ 'ਤੇ ਜ਼ਿੰਮੇਵਾਰ, ਜਿਵੇਂ ਕਿ ਬੱਚੇ ਦੀ ਰੋਜ਼ਾਨਾ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਉਹਨਾਂ ਦੀਆਂ ਗਤੀਵਿਧੀਆਂ 'ਤੇ ਨਿਗਰਾਨੀ ਕਰਨਾ, ਇਹ ਯਕੀਨੀ ਬਣਾਉਣਾ ਬੱਚਿਆਂ ਲਈ ਡਾਕਟਰੀ ਲੋੜਾਂ ਪੂਰੀਆਂ ਹੋਣ, ਲੋੜ ਦੇ ਅਨੁਸਾਰ ਬਾਲ ਦੇਖਭਾਲ ਦਾ ਪ੍ਰਬੰਧਨ ਕਰਨਾ, ਟੈਕਸ ਦੇ ਉਦੇਸ਼ ਲਈ ਕਿਹੜੇ ਨਿਵਾਸੀ ਜਾਂ ਉਸ ਜੀਵਨ ਸਾਥੀ ਜਾਂ ਕੰਮ ਲਾ ਪਾਰਟਨਰ ਅਤੇ ਉੱਥੇ ਇੱਕ ਕੈਨੇਡੀਅਨ ਨਾਗਰਿਕ ਜਾਂ ਇੱਕ ਸਥਾਈ ਨਿਵਾਸੀ ਜਾਂ ਇੱਕ ਸੁਰੱਖਿਅਤ ਵਿਅਕਤੀ ਜਾਂ 9ਵੇਂ ਮਹੀਨੇ ਵਿੱਚ ਇੱਕ ਵੈਦ ਪਰਮਿਟ ਦੇ ਨਾਲ ਪਿਛਲੇ 18 ਮਹੀਨਿਆਂ ਤੋਂ ਕੈਨੇਡਾ ਵਿੱਚ ਤੁਸੀਂ ਰਹਿ ਰਹੇ ਹੋ, ਇੱਕ ਅਸਥਾਈ ਨਿਵਾਸੀ ਭਾਰਤੀ ਐਕਟ ਅਧੀਨ ਰਜਿਸਟਰਾਰ ਜਾਂ ਰਜਿਸਟਰ ਹੋਣ ਦਾ ਹੱਕਦਾਰ ਰੱਖਦੇ ਹੋਣ, ਸਿਰਫ ਇੱਕ ਸ਼ਰਨਾਰਥੀ ਸੁਰੱਖਿਆ ਦਸਤਾਵੇਜ਼ ਵਾਲੇ ਵਿਅਕਤੀ ਜਾਂ ਪਰਿਵਾਰ CCB ਲਈ ਆਯੋਗ ਹਨ। ਕੈਨੇਡਾ ਚਾਈਲਡ ਬੈਨੀਫਿਟ ਯੋਗਤਾ ਆਮਦਨ। ਇਮੀਗ੍ਰੇਸ਼ਨ ਸਥਿਤੀ ਦੀ ਪਰਵਾਹ ਕੀਤੇ ਬਿਨਾਂ ਸਾਰੇ ਕੈਨੇਡੀਅਨ ਟੈਕਸ ਦਾਤਾਵਾਂ ਦੇ ਲਈ ਲਾਭ ਉਪਲਬਧ ਨੇ ਅਤੇ ਪਰਿਵਾਰ ਦੀ ਅਡਜਸਟ ਕੀਤੀ ਸ਼ੁੱਧ ਆਮਦਨ ਦੀ ਵਰਤੋਂ ਕਰਕੇ ਗਣਨਾ ਕੀਤੀ ਜਾਂਦੀ ਹੈ। ਕੈਨੇਡਾ ਵਿੱਚ ਇੱਕ ਸਥਾਈ ਨਿਵਾਸੀ ਦੇ ਤੌਰ 'ਤੇ ਯੋਗ ਹੋਣ ਲਈ ਕਿਸੇ ਨੇ ਘੱਟੋ ਘੱਟ 18 ਮਹੀਨੇ ਲਗਾਤਾਰ ਦੇਸ਼ ਦੇ ਵਿੱਚ ਬਿਤਾਏ ਹੋਣੇ ਚਾਹੀਦੇ ਨੇ ਅਤੇ 19ਵੇਂ ਮਹੀਨੇ ਵਿੱਚ ਇੱਕ ਵੈਦ ਪਰਮਿਟ ਉਹਨਾਂ ਦੇ ਕੋਲ ਹੋਣਾ ਚਾਹੀਦਾ। ਬੱਚੇ ਜਾਂ ਫਿਰ ਬੱਚਿਆਂ ਦੀ ਉਮਰ ਅਤੇ
2023 ਵਿੱਚ ਉਹਨਾਂ ਦੀ ਰਿਪੋਰਟ ਕੀਤੀ ਗਈ ਆਮਦਨ ਪ੍ਰਾਪਤ ਕੀਤੀ ਜਾਣ ਵਾਲੀ ਰਕਮ ਨਿਰਧਾਰਿਤ ਕਰਦੀ ਹੈ ਤੇ ਉੱਥੇ ਤੁਹਾਨੂੰ ਦੱਸ ਦਈਏ ਕਿ 36,502 ਤੋਂ ਘੱਟ ਦੀ ਸਾਲਾਨਾ ਆਮਦਨ ਵਾਲੇ ਯੋਗ ਪਰਿਵਾਰਾਂ ਅਤੇ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਵੱਧ ਤੋਂ ਵੱਧ ਭੁਗਤਾਨ ਜੁਲਾਈ ਵਿੱਚ 7,787 ਪ੍ਰਤੀ ਸਾਲ ਅਤੇ $648.91 ਪ੍ਰਤੀ ਮਹੀਨਾ ਹੋ ਜਾਵੇਗਾ, ਜੋ ਪਿਛਲੇ ਸਾਲ ਦੇ $7,437.75 ਪ੍ਰਤੀ ਮਹੀਨਾ ਤੋਂ ਵੱਧ ਜਾਵੇਗਾ। ਜੁਲਾਈ ਤੋਂ ਬਾਅਦ 36,502 ਤੋਂ ਘੱਟ ਸਾਲਾਨਾ ਆਮਦਨ ਵਾਲੇ ਯੋਗ ਪਰਿਵਾਰ ਅਤੇ 6 ਤੋਂ 17 ਸਾਲ ਦੀ ਉਮਰ ਦੇ ਬੱਚੇ ਜਿੱਥੇ 6,570 ਪ੍ਰਤੀ ਸਾਲ, $547.50 ਪ੍ਰਤੀ ਮਹੀਨਾ ਅਤੇ 6,275 ਸਾਲ ਦੀ ਗੱਲ ਕੀਤੀ ਜਾਵੇ ਤਾਂ $522.91 ਦੀ ਪਿਛਲੀ ਸੀਮਾ ਤੋਂ ਵੱਧ ਜਾਵੇਗਾ। ਸੂਚਿਤ ਕਰੋ ਕਿ ਉੱਪਰ ਜੋ ਸੂਚੀਬੱਧ ਕੀਤੀ ਗਈ ਹੈ ਤੁਹਾਡੇ ਲਈ ਅਤੇ CBC ਰਕਮਾਂ ਵੱਧ ਤੋਂ ਵੱਧ ਰਕਮਾਂ ਨੇ ਜੋ ਪਰਿਵਾਰ ਪ੍ਰਤੀ ਬੱਚੇ ਪ੍ਰਾਪਤ ਕਰ ਸਕਦੇ ਨੇ। ਜੇਕਰ ਉਹਨਾਂ ਦੀ ਅਡਜਸਟ ਫੈਮਿਲੀ ਨੈੱਟ ਇਨਕਮ IFN 36,502 ਜਾਂ ਇਸ ਤੋਂ ਘੱਟ ਰੇਂਜ ਵਿੱਚ ਆਉਂਦੀ ਹੈ ਤਾਂ ਤੁਸੀਂ ਕਿੰਨੀ CCB ਪ੍ਰਾਪਤ ਕਰ ਸਕਦੇ ਹੋ। ਤੁਹਾਡੀ ਅਡਜਸਟ ਫੈਮਿਲੀ ਨੈੱਟ ਇਨਕਮ AFNI ਅਤੇ ਬੱਚਿਆਂ ਦੀ ਸੰਖਿਆ CCB ਪੇ ਆਊਟ ਦੀ ਮਾਤਰਾ ਨੂੰ ਨਿਰਧਾਰਿਤ ਕਰਦੀ ਹੈ ਅਤੇ ਅਡਜਸਟਡ ਫੈਮਿਲੀ ਨੈੱਟ ਇਨਕਮ 36,502 ਤੋਂ ਵੱਧ ਜਾਂਦੀ ਹੈ ਤਾਂ ਸਮੇਂ ਦੇ ਨਾਲ ਫਾਇਦੇ ਘਟਣੇ ਸ਼ੁਰੂ ਹੋ ਜਾਂਦੇ ਨੇ। ਅਤੇ ਤੁਹਾਨੂੰ ਦੱਸ ਦਈਏ ਕਿ CRA ਦੇ ਕੁਝ ਉਦਾਹਰਨਾਂ ਵੀ ਦਿੱਤੀਆਂ ਨੇ ਜੋ ਤੁਹਾਨੂੰ ਇਹ ਵਿਚਾਰ ਦਿੱਤਾ ਜਾ ਸਕੇ ਕਿ ਆਮਦਨੀ ਅਤੇ ਬੱਚਿਆਂ ਦੀ ਗਿਣਤੀ ਦੇ ਆਧਾਰ 'ਤੇ ਇੱਕ ਪਰਿਵਾਰ ਕਿੰਨੀ CCB ਪ੍ਰਾਪਤ ਕਰ ਸਕਦਾ ਹੈ। ਇੱਕ ਬੱਚੇ ਦੇ ਲਈ ਜਿੱਥੇ AFNI CCB ਭੁਗਤਾਨ ਦੀ ਰਕਮ ਹੈ ਅਤੇ ਉੱਥੇ ਦੱਸ ਦਈਏ ਕਿ 36,502 ਘੱਟੋ 6 ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ ਉੱਥੇ ਹੀ $648.91 ਪ੍ਰਤੀ ਮਹੀਨਾ, 6 ਤੋਂ 17 ਦੇ ਵਿਚਕਾਰ ਦੀ ਗੱਲ ਕੀਤੀ ਜਾਵੇ ਤਾਂ $547.50 ਪ੍ਰਤੀ ਮਹੀਨਾ ਅਤੇ 36,502 ਤੋਂ 79,087 ਤੱਕ ਸਾਲਾਨਾ ਭੁਗਤਾਨ 36,502 ਤੋਂ ਬਾਅਦ ਤੁਹਾਡੀ ਆਮਦਨ ਦਾ 7% ਘੱਟ ਹੈ। 79,087 ਤੋਂ ਵੱਧ ਤੁਹਾਡਾ ਸਾਲਾਨਾ ਭੁਗਤਾਨ, 79,087 ਤੋਂ ਬਾਅਦ ਤੁਹਾਡੀ ਆਮਦਨ ਦਾ 2,981 ਪਲੱਸ 3.2 ਘੱਟ ਜਾਵੇਗਾ। ਦੋ ਬੱਚਿਆਂ ਦੀ ਗੱਲ ਕੀਤੀ ਜਾਵੇ ਪ੍ਰਤੀ ਬੱਚਾ AFNI CC ਭੁਗਤਾਨ ਦੀ ਰਕਮ ਦੀ ਗੱਲ ਕੀਤੀ ਜਾਵੇ ਤਾਂ 36,502 ਤੋਂ 6 ਸਾਲ ਤੋਂ ਘੱਟ ਉਮਰ ਦਾ ਬੱਚਾ $648.91 ਪ੍ਰਤੀ ਮਹੀਨਾ ਅਤੇ 6 ਤੋਂ 17 ਦੇ ਵਿਚਕਾਰ $547.50 ਪ੍ਰਤੀ ਮਹੀਨਾ ਅਤੇ 36,502 ਤੋਂ 79,087 ਤੱਕ ਸਾਲਾਨਾ ਭੁਗਤਾਨ 36,502 ਤੋਂ ਵੱਧ ਤੁਹਾਡੀ ਆਮਦਨ ਦਾ 13.5% ਘੱਟ ਹੈ ਤਾਂ 79,087 ਤੋਂ ਵੱਧ ਤੁਹਾਡਾ ਸਾਲਾਨਾ ਭੁਗਤਾਨ, 79,087 ਤੋਂ ਬਾਅਦ ਤੁਹਾਡੀ ਆਮਦਨ ਦਾ 5,5749 ਪਲੱਸ 5.7% ਘੱਟ ਜਾਵੇਗਾ। ਤਿੰਨ ਬੱਚਿਆਂ ਦੇ ਲਈ ਪ੍ਰਤੀ ਮਹੀਨਾ ਬੱਚੇ ਦੀ ਗੱਲ ਕੀਤੀ ਜਾਵੇ ਤਾਂ 36,502 ਤੋਂ 6 ਸਾਲ ਦੇ ਘੱਟ ਉਮਰ ਦੇ ਬੱਚੇ ਨੂੰ $648.91 ਪ੍ਰਤੀ ਮਹੀਨਾ, 6 ਤੋਂ 17 ਦੇ ਵਿਚਕਾਰ $547.50 ਪ੍ਰਤੀ ਮਹੀਨਾ ਅਤੇ 36,502 ਤੋਂ 79,087 ਤੱਕ ਸਾਲਾਨਾ ਭੁਗਤਾਨ 36,502 ਤੋਂ ਬਾਅਦ ਤੁਹਾਡੀ ਆਮਦਨ ਦਾ 19% ਘੱਟ ਜਾਵੇਗਾ।
79,087 ਤੋਂ ਵੱਧ ਤੁਹਾਡਾ ਸਾਲਾਨਾ ਭੁਗਤਾਨ ਤਾਂ 79,087 ਤੋਂ ਵੱਧ ਤੁਹਾਡੀ ਆਮਦਨ ਦਾ 7,728 ਪਲੱਸ 8% ਘਟਾ ਦਿੱਤਾ ਜਾਵੇਗਾ। ਚਾਰ ਬੱਚਿਆਂ ਦੇ ਲਈ ਸੀ ਸੀ ਬੀ ਪ੍ਰਤੀ ਬੱਚਾ ਜਿੱਥੇ ਗੱਲ ਕੀਤੀ ਜਾਵੇ ਤਾਂ 36,502 ਤੋਂ ਘੱਟ $648.91 ਪ੍ਰਤੀ ਅਤੇ 6 ਤੋਂ 17 ਦੇ ਵਿਚਕਾਰ $547.50 ਪ੍ਰਤੀ ਮਹੀਨਾ ਅਤੇ 36,502 ਤੋਂ 79,087 ਤੱਕ ਸਾਲਾਨਾ ਭੁਗਤਾਨ 36,502 ਤੋਂ ਵੱਧ ਤੁਹਾਡੀ ਆਮਦਨ 30% ਘੱਟ ਜਾਵੇਗੀ ਅਤੇ 79,087 ਤੋਂ ਵੱਧ ਤੁਹਾਡਾ ਸਾਲਾਨਾ ਭੁਗਤਾਨ 79,087 ਤੋਂ ਬਾਅਦ ਤੁਹਾਡੀ ਆਮਦਨ 9,795 ਪਲੱਸ 9.5% ਘੱਟ ਜਾਵੇਗਾ। ਕਨੇਡਾ ਚਾਈਲਡ ਬੈਨੀਫਿਟ ਸੀ ਸੀ ਬੀ ਕਿਵੇਂ ਲਾਗੂ ਕਰਨਾ? ਜੇਕਰ ਤੁਸੀਂ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਕਰਦੇ ਹੋ, ਕਨੇਡਾ ਵਿੱਚ ਨਵੇਂ ਆਇਓ, ਟੈਕਸ ਭਰਨ ਦੀ ਆਖਰੀ ਮਿਤੀ ਤੋਂ ਬਾਅਦ ਆਇਓ ਜਾਂ ਟੈਕਸ ਭਰਨ ਤੋਂ ਬਾਅਦ ਇੱਕ ਨਵੇਂ ਜੰਮੇ ਬੱਚੇ ਦੇ ਪਰਿਵਾਰ ਵਿੱਚ ਹੋ ਤਾਂ ਤੁਸੀਂ ਕਨੇਡਾ ਚਾਈਲਡ ਬੈਨੀਫਿਟਸ ਲਈ ਅਰਜ਼ੀ ਦੇਣ ਦੀ ਜ਼ਰੂਰਤ ਹੈ। ਤਾਂ ਸੇਟਾਂ ਜਿੱਥੇ ਤੁਹਾਨੂੰ ਸੀ ਸੀ ਬੀ ਦੀ ਅਰਜ਼ੀ ਦੇਣ ਦੇ ਤਰੀਕਿਆਂ ਨਾਲ ਵੀ ਜਾਣੂ ਕਰਵਾ ਦਿੰਦੇ ਹਾਂ। ਜਨਮ ਰਜਿਸਟ੍ਰੇਸ਼ਨ ਨਾਲ ਯੋਗ ਵਿਅਕਤੀ ਜਾਂ ਪਰਿਵਾਰ ਸੀ ਸੀ ਬੀ ਲਈ ਉਸ ਉਮਰ ਸਮੇਂ ਅਰਜ਼ੀ ਦੇ ਸਕਦੇ ਨੇ ਜਦੋਂ ਉਹ ਆਪਣੇ ਸੂਬੇ ਖੇਤਰ ਵਿੱਚ ਨਵੇਂ ਬੱਚੇ ਜੰਮੇ ਦੇ ਜਨਮ ਸਰਟੀਫਿਕੇਟ ਨੂੰ ਰਜਿਸਟਰਡ ਕਰ ਸਕਦੇ ਨੇ। ਔਨਲਾਈਨ ਸੀ ਸੀ ਬੀ ਲਈ ਯੋਗ ਪਰਿਵਾਰ ਅਤੇ ਵਿਅਕਤੀ ਮਾਈ ਸੀ ਆਰ ਏ ਖਾਤੇ ਦੀ ਵਰਤੋਂ ਕਰਕੇ ਔਨਲਾਈਨ ਅਰਜ਼ੀ ਦੇ ਸਕਦੇ ਨੇ। ਡਾਕ ਰਾਹੀਂ ਸੀ ਆਰ ਏ ਟੈਕਸ ਕੇਂਦਰ ਨੂੰ ਭਰਿਆ ਜਾਂਦਾ ਹੈ ਅਤੇ ਦਸਤਖਤ ਕੀਤੇ ਫਾਰਮ RC-66 ਕਨੇਡਾ ਚਾਈਲਡ ਬੈਨੀਫਿਟਸ ਐਪਲੀਕੇਸ਼ਨ ਨੂੰ ਭੇਜਿਆ ਅਤੇ ਤੁਹਾਡੀ ਸਥਿਤੀ ਦੇ ਆਧਾਰ 'ਤੇ ਬੱਚਿਆਂ ਦੇ ਜਨਮ ਦਾ ਸਬੂਤ ਕੋਈ ਵੀ ਵਾਧੂ ਦਸਤਾਵੇਜ਼ ਸ਼ਾਮਲ ਕਰਨਾ ਹੁੰਦਾ। ਅਤੇ ਉੱਥੇ ਤੁਹਾਨੂੰ ਦੱਸ ਦਈਏ ਕਿ ਸੀ ਸੀ ਬੀ ਭੁਗਤਾਨ ਮਿਤੀਆਂ ਜੋ 2024-25 CR CRA ਸਾਡੇ ਸੀ ਸੀ ਬੀ ਭੁਗਤਾਨ ਹਰ ਮਹੀਨੇ 20 ਤਰੀਕ ਜਾਂ ਸ਼ੁੱਕਰਵਾਰ ਨੂੰ ਭੇਜਦਾ ਹੈ ਜੇਕਰ 20 ਤਰੀਕ ਵੀਕਐਂਡ 'ਤੇ ਆਉਂਦੀ ਹੈ। ਜੁਲਾਈ ਵਿੱਚ ਇੱਕ ਮੁਸ਼ਤ ਭੁਗਤਾਨ ਕੀਤਾ ਜਾਂਦਾ ਜੇਕਰ ਕੁੱਲ ਸਾਲਾਨਾ ਲਾਭ $240 ਤੋਂ ਘੱਟ ਹੈ, ਤਾਂ ਉਸ ਤੋਂ ਬਾਅਦ ਕੋਈ ਮਹੀਨਾਵਾਰ ਭੁਗਤਾਨ ਨਹੀਂ ਕੀਤਾ ਜਾਂਦਾ। ਅਤੇ ਤੁਹਾਨੂੰ ਦੱਸ ਦਈਏ ਕਿ 2024-25 ਵਿੱਚ ਆਉਣ ਵਾਲੀਆਂ ਸੀ ਸੀ ਬੀ ਭੁਗਤਾਨ ਤਰੀਕਾਂ 19 ਜੁਲਾਈ 2024, 20 ਅਗਸਤ 2024, September 2, 2024, October 18, 2024, 20 ਨਵੰਬਰ 2024, December 31, 2024, 20 ਜਨਵਰੀ 2025, February 20, 2025, March 20, 2025, April 18, 2025, 20 ਮਈ 2025 ਅਤੇ 20 ਜੂਨ 2025। ਸੀ ਸੀ ਬੀ ਨੂੰ ਅਰਜਸਟ ਪਰਿਵਾਰਕ ਸ਼ੁੱਧ ਆਮਦਨ ਜਾਂ AFN ਕੀ ਹੈ? ਅਰਜਸਟ ਫੈਮਿਲੀ ਨੈੱਟ ਇਨਕਮ AFNI ਪਰਿਵਾਰ ਦੀ ਕੁੱਲ ਆਮਦਨ ਹੈ ਜੋ ਟੈਕਸ ਰਿਟਰਨ ਦੇ ਲਈ ਲਾਈਨ 23,600 ਅਤੇ ਤੁਹਾਡੇ ਜੀਵਨ ਸਾਥੀ ਜਾਂ ਕਾਮ ਲਾ ਪਾਰਟਨਰ ਦੀ ਟੈਕਸ ਰਿਟਰਨ ਦੀ ਲਾਈਨ 23,600 'ਤੇ ਰਿਪੋਰਟ ਕੀਤੀ ਗਈ ਹੈ। ਜੇ ਲਾਗੂ ਹੋਵੇ ਤਾਂ ਮਾਈਨਸ ਯੂਨੀਵਰਸਲ ਚਾਈਲਡ ਕੇਅਰ ਲਾਭ ਅਤੇ ਰਜਿਸਟਰ ਡਿਸੇਬਿਲਟੀ ਸੇਵਿੰਗ ਪਲੈਨਸ RDSP ਆਮਦਨ ਤੁਹਾਡੇ ਜਾਂ ਤੁਹਾਡੇ ਜੀਵਨ ਸਾਥੀ ਦੀ ਟੈਕਸ ਰਿਟਰਨ ਦੀ ਲਾਈਨ 11,700 ਅਤੇ 12,500 'ਤੇ ਰਿਪੋਰਟ ਕੀਤੀ ਜਾਂਦੀ ਹੈ। ਨਾਲ ਹੀ ਲਾਈਨ 21,300 ਅਤੇ 23,200 'ਤੇ ਰਿਪੋਰਟ ਕੀਤੀ ਗਈ ਹੈ ਕੋਈ ਵੀ UCCB ਅਤੇ RDSP ਰਕਮਾਂ 'ਤੇ। ਇਹ ਸੀ ਹੁਣ ਤੱਕ ਦੀ ਵੱਡੀ ਖਬਰ। ਹੋਰ ਖਬਰਾਂ ਵੀ ਸਿੱਧਾ ਤੁਹਾਡੇ ਨਾਲ ਚੱਲਣਗੀਆਂ। ਦੇਸ਼ ਦੇ ਨੇ ਤਮਾਮ ਖਬਰਾਂ ਦੇਖਣ ਵਾਸਤੇ ਬਣੇ ਰਹੋ ਸਾਡੇ ਚੈਨਲ ਦੇ ਨਾਲ।